हाँ जी यार दो हाथ मोडे नू ते मारी पट्ठा ही खिंचया गया मेरा ते ओ कुअकल नू हाथ मार भाई कुटी है तू मसाज सेंटर ते आया भाजी बहुत तंगी अब्बा मेरा बीमार है ते पानी नहीं चुकन दिया साड़ी ते दुआई है भी अल्लाह तेरे अब्बे नू चुक लवे हेलो ते किन्ने भैन भरा हो भाजी नौ भैन भरा वा आ ते फिर उन्हें कितों पानी चुकना नौ पांच चार भरा मरवा दा फिर पानी चुक लूंगा अस्सलाम वालेकुम नाजरीन मैं वहाँ जी गोगा पसरूरी और मैं तुहाडा सलीम अल बेला ते अज असी बहुत वधिया वीडियो तुहाडे वास्ते बनाउन जा रहे हां इंशाल्लाह असी ते कोशिश कर रहे हां सेक दा मैं कहना भी आ ओहो हो आहा हा ए हाथ गर्म नहीं हो रहे इहदे नाल हां जी गर्म नहीं हो रहे गर्म होणगे जदों मैं तेरे हत्थां च पैसे दित्ते ना तेरे हाथ गर्म होणगे ते अज चिल्तन प्योर दा की है जी अज चिल्तन प्योर दा किथे है जी हां जी आ प्यार ਇਹ ਦੇਖੋ ਜੀ ਨਾਜ਼ਰੀਨ ਸਾਡੇ ਕੋਲ ਅੱਜ ਆਇਆ ਜੀ ਚਿਲਤਨ ਪਿਓਰ ਦਾ ਮੈਂਗੋ ਪਾਊਡਰ ਕਿੰਗ ਆਫ ਫਰੂਟਸ ਵਾਹ 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 ਅੱਛਾ ਜੀ ਤੁਹਾਨੂੰ ਪਤਾ ਵਾ ਸਿਆਣੇ ਸਾਡੇ ਕਹਿੰਦੇ ਸੀ ਵੀ ਜਿਹੜਾ ਅੰਬ ਫਲ ਵਾ ਇਹ ਅੰਬਾਂ ਫਲਾਂ ਦਾ ਸਰਦਾਰ ਆ ਬਿਲਕੁਲ ਬਿਲਕੁਲ ਸਿਆਣੇ ਇਹ ਵੀ ਕਹਿੰਦੇ ਹੁੰਦੇ ਸੀ ਨਾ ਬੰਦਾ ਕਿਤੇ ਅਚਾਨਕ ਚਲੇ ਜਾਵੇ ਵੀ ਤੂੰ ਇੱਥੇ ਅੰਬ ਲੈਣਾ ਆ ਉਹ ਨਹੀਂ ਯਾਰ ਤੂੰ ਤਾਂ ਪੁੱਠੀ ਮਿਸਾਲ ਹੀ ਦਿਆ ਕਰ ਹੁੰਦਾ ਨਹੀਂ ਚਲੋ ਆਪ ਯਹਾਂ ਮੈਂਗੋ ਲੈਣੇ ਆਏ ਅੱਛਾ ਜੀ ਇਹ ਨਾਜ਼ਰੀਨ ਬੜਾ ਅੱਛਾ ਪਾਊਡਰ ਆ ਜੀ ਇਹ ਬੱਚਿਆਂ ਨੂੰ ਤੁਸੀਂ ਲਾਜ਼ਮੀ ਉਹਨਾਂ ਦੀ ਐਬਿਲਿਟੀ ਕੁਆਲਿਟੀ ਵਧਾਉਣ ਵਾਸਤੇ 2 ਚਮਚ ਜਿਹੜੇ ਆ ਨੀਮ ਗਰਮ ਪਾਣੀ ਦੇ ਵਿੱਚ ਜਾਂ ਦੁੱਧ ਦੇ ਵਿੱਚ ਮਿਲਕ ਦੇ ਵਿੱਚ ਮਿਕਸ ਕਰਕੇ ਉਹਨਾਂ ਨੂੰ ਪਰਾਓ ਬੱਚਾ ਹੈਲਦੀ ਹੋ ਜਾਏਗਾ ਇਸ ਤਰ੍ਹਾਂ ਦਾ ਤੇ ਨਹੀਂ ਮੈਂ ਬੱਚਾ ਤੁਹਾਨੂੰ ਦਿਖਾਵਾਂਗਾ ਅੱਖ ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਅਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਏ ਅਲਬੇਲਾ ਟੀਵੀ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਸੇਲੀ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਓਹੋ ਅਲਬੇਲਾ ਏ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਹ ਅਲਬੇ ਲਾਏ ਹੋਏ ਤੇ ਜੁਗਤਾਂ ਦੀ ਬਣ ਦਿੱਕਤਾਂ ਹੋਏ ਤੇ ਵਿਕਿਆਂ ਦਾ ਨਹੀਂ ਕਾਰੋਬਾਰ ਹੋਏ ਨੂੰ ਵੇਖਦੇ ਸਮੁੰਦਰੋਂ ਪਾਰ ਹੈਲੋ ਉਸਤਾਦ ਜੀ ਅਸਲਾਮ ਵਾਲੇਕਮ ਜੀ ਵਾਲੇਕਮ ਸਲਾਮ ਭਾਈ ਇਹ ਲਵਾਓ ਮੋਟਰ ਲਵਾਓ ਉਹ ਸੌਰੀ ਭਾਈ ਜੀ ਇਹ ਚੋਰੀ ਦਾ ਸਮਾਨ ਅਸੀਂ ਨਹੀਂ ਲੈਂਦੇ ਹਾਂਜੀ ਇਹ ਦੁਕਾਨ ਤੇ 2 ਨੰਬਰ ਕੰਮ ਨਹੀਂ ਹੁੰਦਾ ਅੱਗੇ ਵੇਚ ਕਿਤੇ ਉਹ ਯਾਰ ਭਾ ਮੈਂ ਤੈਨੂੰ ਚੋਰ ਲੱਗਦਾ ਵਾਂ ਨਹੀਂ ਨਹੀਂ ਸ਼ਕਲੋਂ ਤੇ ਤੂੰ SHO ਲੱਗਣ ਦੇ ਆ ਉਹ ਸ਼ਕਲੋਂ ਲੱਗਦਾ ਟੀਕੇ ਲਾਉਣਾ ਨਾ ਪੁਲ ਥੱਲੇ ਨਸ਼ਈਓ ਕਿਸੇ ਦੀ ਤੁਸੀਂ ਮੋਟਰ ਬਾਹਰ ਰਹਿਣ ਹੀ ਨਹੀਂ ਦਿੱਤੀ ਉਹ ਚੱਲ ਮੇਰਾ ਭਰਾ ਹੈਲੋ ਭਾਈ ਸਾਡੀ ਘਰ ਦੀ ਮੋਟਰ ਆ ਕੀ ਹੋ ਗਿਆ ਘਰ ਦੀ ਹੁੰਦੀ ਆ ਅਗਲੇ ਮਹੀਨੇ ਤਾਂ ਘਰ 'ਚ ਹੀ ਲਵਾਈ ਹੁੰਦੀ ਆ ਯਾਰ ਤੂੰ ਪਹਿਲਾਂ ਮੋਟਰ ਲਵਾਏਗਾ ਕਿ FIR ਦਰਜ ਕਰੇਗਾ ਤੂੰ ਹੈਂ ਤੁਹਾਡੀ ਆਪਣੀ ਆ ਉਹ ਯਾਰ ਆਪਣੀ ਮੋਟਰ ਆ ਭਰਾ ਇੱਥੇ ਕੋਈ ਸ਼ਗਿਰਦ ਨੂੰ ਕਹਿ ਲਵਾ ਇਹ ਮੋਟਰ ਮੈਂ ਹੀ ਲਵਾ ਦੇਣਾ ਸ਼ਗਿਰਦ ਕੀ ਆ ਅਸੀਂ ਵੀ ਸ਼ਗਿਰਦ ਹੀ ਹਾਂ ਓਏ ਹੋਏ 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 ਹਾਂ ਜੀ ਯਾਰ ਆ ਦੋ ਹੱਥ ਮੋਢੇ ਨੂੰ ਤਾਂ ਮਾਰੀ ਪੱਠਾ ਹੀ ਖਿੱਚਿਆ ਗਿਆ ਮੇਰਾ ਤਾਂ ਉਹ ਕੁਅਕਲ ਨੂੰ ਹੱਥ ਮਾਰ ਭਾਈ ਘੁੱਟੀ ਹੈ ਤੂੰ ਮਸਾਜ ਸੈਂਟਰ 'ਤੇ ਆਇਆ ਘੁੱਟੀ ਉਹ ਭਾਈ ਥੱਕ ਗਿਆ ਮੋਢਾ ਹੁਣ ਉਹ ਦੇਰ ਗੱਲ ਨਹੀਂ ਨਾ ਰਹੀ ਉਹ ਬੁੱਢੇ ਹੋ ਗਏ ਅਤੇ ਨਾ ਖੋਲੋ ਚੋਰੀ ਮੋਟਰਾਂ ਚੋਰੀ ਨਹੀਂ ਭਾਈ ਘਰ ਦੀ ਮੋਟਰ ਆ ਕੀ ਹੋ ਗਿਆ ਅਤੇ ਘਰ ਦੀਆਂ ਵੀ ਲਾ ਦਿੰਦੇ ਆ ਨਸ਼ਈ ਘਰ 'ਚ ਤਾਂ ਕੋਈ ਚੀਜ਼ ਰਹਿਣ ਹੀ ਨਹੀਂ ਦਿੰਦੇ ਯਾਰ ਤੈਨੂੰ ਨਸ਼ਈ ਆਉਂਦਿਆਂ ਮੈਂ ਟੀਕਾ ਮੰਗ ਲਿਆ ਤੇਰੇ ਕੋਲ ਕਿ ਮੈਂ ਇੰਝ ਦਹਾਂ ਉਂਗਲਾਂ ਦਹਾਂ ਮੈਂ ਉਂਗਲਾਂ ਤੋਂ ਪਛਾਣ ਲੈਂਦਾ ਨਸ਼ਈਆਂ ਨੂੰ ਮੈਂ ਇੰਟੈਲੀਜੈਂਸ 'ਚ ਰਿਹਾ ਤੂੰ ਉਂਗਲਾਂ ਤੋਂ ਪਛਾਣ ਲੈਂਦਾ ਨਹੀਂ ਉਹਨਾਂ ਦੇ ਪੋਟੇ ਸੜੇ ਹੁੰਦੇ ਨੇ ਲਾ ਲਾ ਟੀਕੇ ਅਤੇ ਸਾਰਾ ਕੋਈ ਟੀਕਾ ਤਾਂ ਨਹੀਂ ਕੋਈ ਉਹ ਯਾਰ ਕੋਈ ਨਹੀਂ ਟੀਕਾ ਭਾਈ ਕਿਹੜਾ ਟੀਕਾ ਤੈਨੂੰ ਮੈਂ ਫਤਿਹਗੜ੍ਹ ਪੁਲ ਤੋਂ ਫੜ ਲਿਆ ਮੈਨੂੰ ਆ ਪੰਪ ਚੈੱਕ ਕਰੋ ਭਾਈ ਚੈੱਕ ਕਰ ਲਿਆ ਭਾਜੀ ਇਹ ਚੋਰੀ ਦਾ ਹੀ ਆ ਹਾਂ ਚੋਰੀ ਦਾ ਹੀ ਆ ਉਹ ਯਾਰ ਕਿੱਥੇ ਉਹਦਾ ਚੋਰੀ ਦਾ ਭਾਅ ਤੇਰੇ ਮੱਥੇ 'ਤੇ ਲਿਖਿਆ ਵਾ ਚੋਰੀ ਦਾ ਘਰ ਦਾ ਪੰਪ ਵਾ ਸਾਡਾ ਆਪਣਾ ਅਤੇ ਕੀ ਮਸਲਾ ਕੀ ਆ ਮਸਲਾ ਭਾਈ ਨਹੀਂ ਤੂੰ ਪਹਿਲਾਂ ਹੱਥ ਦਿਖਾ ਨਸ਼ਈ ਤਾਂ ਨਹੀਂ ਤੂੰ ਉਹ ਯਾਰ ਕਿਹੜਾ ਨਸ਼ਈ ਆ ਭਾਅ ਤੂੰ ਪਹਿਲਾਂ ਇਲਾਜ ਕਰ ਲਾ ਮੇਰਾ ਉਹਦਾ ਬਾਅਦ 'ਚ ਕਰੀ ਮੈਨੂੰ ਦਾਖਲ ਕਰਾ ਪਹਿਲਾਂ ਕਿਤੇ ਅੰਦਰ ਆ ਜਾਓ ਭਾਅ ਜੀ ਬਾਹਰ ਗੱਡੀਆਂ ਫਿਰਨ ਦੀਆਂ ਪੁਲਿਸ ਦੀਆਂ ਅੰਦਰ ਆ ਜਾਓ ਉਹ ਯਾਰ ਮੇਰੇ ਘਰ ਦਾ ਪੰਪ ਵਾ ਪੁਲਿਸ ਵਾਲੀਆਂ ਗੱਡੀਆਂ ਦਾ ਮੈਨੂੰ ਕੀ ਭਾਰ ਆ ਜਾਂ ਬਾਹਰ ਤੁਰੀਆਂ ਫਿਰਦੀਆਂ ਅਤੇ ਕੀ ਮਸਲਾ ਕੀ ਇਹਨੂੰ ਭਾਅ ਜੀ ਇਹਦਾ ਮੇਧਾ ਕੰਮ ਨਹੀਂ ਕਰਦਾ ਹੈ ਹਾਂ ਅਤੇ ਕੀ ਮਸਲਾ ਵਾ ਇਹਨੂੰ ਸ਼ੂਗਰ ਹੀ ਇਹਨੂੰ 600 ਯਾਰ ਉਰੇ ਲੈ ਆ ਵੀਰੇ ਉਰੇ ਲੈ ਆ ਉਰੇ ਲੈ ਕਾਲਾ ਜਰਕਾਨ ਹੋਇਆ ਇਹਨੂੰ ਵੀ ਪੰਪ ਨੂੰ ਕਿਹੜਾ ਹੋਇਆ ਉਹਨੂੰ ਤਾਂ ਨਹੀਂ ਹੋਇਆ ਤੈਨੂੰ ਹੋਇਆ
ਉਹ ਵੀ ਇਹਨੂੰ ਇਹਦੇ ਮੁਤਲਕਾ ਹੀ ਕੋਈ ਮਸਲਾ ਹੋਏਗਾ ਨਹੀਂ ਚੱਲਣ ਡਿਆ ਉਹ ਇੱਥੇ ਪੂਰਾ ਮੁਲਕ ਖਰੇ ਕਿੱਦਾਂ ਚੱਲਣ ਡਿਆ ਤੇਰਾ ਪੰਪ ਨਹੀਂ ਚੱਲਣ ਡਿਆ ਆ ਜਾਓ ਭਾਈ ਸਾਹਿਬ ਆ ਜਾਓ ਆ ਜਾਓ ਤੇ ਭਾਈ ਇਹ ਤਾਰਾਂ ਮੈਨੂੰ ਲੱਗਦਾ ਕਿਤੋਂ ਤੂੰ ਕੱਟ ਕੇ ਨਾ ਤੇ ਲਿਆਇਆ ਚੁੱਕ ਕੇ ਜਾਂ ਚੋਰੀ ਉਹ ਯਾਰ ਘਰ ਦੀਆਂ ਤਾਰਾਂ ਵਾ ਤੂੰ ਕਿਹੜਾ ਐਸ ਐਚ ਓ ਮਕੈਨਿਕਾਂ ਤੋਂ ਹੈ ਤੂੰ ਕੰਮ ਛੱਡ ਪਹਿਲਾਂ ਮੁਹੱਲੇ 'ਚੋਂ ਨਾ ਤਫਤੀਸ਼ ਕਰਕੇ ਆ ਮੇਰੇ ਆਂਡੀਆਂ ਗੁਆਂਢੀਆਂ ਕੋਲ ਵੀ ਪੰਪ ਕਿਹਦਾ ਲੈ ਆ ਕਿਹੜੇ ਮੁਹੱਲੇ ਰਹਿਣਾ ਤੂੰ ਮੈਂ ਗਾਜ਼ੀਆਬਾਦ ਫਿਰ ਲੈ ਜਾ ਗਾਜ਼ੀਆਬਾਦ ਹੈਲੋ ਕੀ ਆ ਗਾਜ਼ੀਆਬਾਦ ਨੂੰ ਕੀ ਸ਼ਨਾਖਤੀ ਕਾਰਡ ਹੈਗਾ ਤੇਰੇ ਕੋਲ ਯਾਰ ਮੈਂ ਵੇਚਣ ਥੋੜ੍ਹਾ ਆਇਆ ਮੈਂ ਸਹੀ ਕਰਾਉਣਾ ਆਇਆ ਮੈਂ ਆਈ ਡੀ ਕਾਰਡ ਦੀ ਕਾਪੀ ਤੈਨੂੰ ਦਵਾਂ ਚਲੋ ਜੀ ਮੈਂ ਚੈੱਕ ਕਰ ਲੈਂਦੇ ਹਾਂ ਇੱਥੇ ਨਾ ਰੱਖੇ ਕੀ ਇਹ ਹੁੰਦਾ ਕੀ ਹੈ ਇਹਨੂੰ ਹੈ ਕੀ ਹੁੰਦਾ ਕੀ ਆ ਇਹਨੂੰ ਨਾ ਨੀਂਦ ਨਹੀਂ ਆਉਂਦੀ ਰਾਤ ਨੂੰ ਨਾ ਸਾਰੀ ਸਾਰੀ ਰਾਤ ਯੂਟਿਊਬ ਦੇਖਦਾ ਰਹਿੰਦਾ ਵਾ ਉਹ ਵੀਰੇ ਕਹਿਣ ਦਾ ਮਤਲਬ ਹੈ ਕਿ ਪੰਪ ਤੰਗ ਕਰਦਾ ਤੈਨੂੰ ਆਹੋ ਤੰਗ ਕਰਦਾ ਵਾ ਇਹ ਤੈਨੂੰ ਪੰਦਰੀ ਨਹੀਂ ਦਿੰਦਾ ਮੈਨੂੰ ਕਮਾ ਕੇ ਨਾ ਘਰ ਪੈਸੇ ਪੂਰੇ ਨਹੀਂ ਦਿੰਦੇ ਨਾ ਭਾਅ ਜੀ ਪਿੱਛੇ ਵੀ ਲੋਹਾ ਹੀ ਪਿਆ ਜੇ ਐਵੇਂ ਵੱਜ ਨਾ ਜਾਣਾ ਇਹ ਭਾਅ ਜੀ ਕਦੋਂ ਦਾ ਲਿਆ ਤੁਸੀਂ ਭਾਈ ਹੋ ਗਏ ਦਸ ਕੁ ਸਾਲ ਹੋ ਗਏ ਇਹਨੂੰ ਲਵਾਏ ਨੂੰ ਪੇਚਕਾ ਸੀ ਰੁਕ ਗਿਆ ਦਸਾਂ ਸਾਲਾਂ ਦਾ ਸੁਣ ਕੇ ਐਨੂੰ ਕਰ ਇਹਨੂੰ ਯਾਰ ਕਿਸੇ ਹੈਲਪਰ ਨੂੰ ਕਹਿ ਤੂੰ ਮੈਨੂੰ ਹੀ ਕਹੀ ਜਾਂਦਾ ਐਨੂੰ ਕਰ ਕੰਮ ਕਰ ਰਹੇ ਆਪਣਾ ਆਪਣਾ ਭਾਅ ਜੀ ਬਹੁਤ ਤੰਗੀ ਅੱਬਾ ਮੇਰਾ ਬਿਮਾਰ ਆ ਇਹ ਪਾਣੀ ਨਹੀਂ ਚੁੱਕਣ ਡਿਆ ਸਾਡੀ ਤਾਂ ਦਵਾਈ ਆ ਵੀ ਅੱਲਾ ਤੇਰੇ ਅੱਬੇ ਨੂੰ ਚੁੱਕ ਲਵੇ ਹੈਲੋ ਜੇ ਪਾਣੀ ਨਹੀਂ ਅੱਬੇ ਨੇ ਕਿਹੜਾ ਨਹਾਉਣਾ ਬਿਮਾਰ ਆਦਮੀ ਆ ਹਲ ਅੱਬਾ ਜੀ ਨੂੰ ਕੀ ਹੋਇਆ ਹਾਂਜੀ ਕੀ ਹੋਇਆ ਬਾਲਕ ਸਾਹਿਬ ਅੱਬਾ ਜੀ ਵੀ ਪਾਣੀ ਨਹੀਂ ਚੁੱਕਦੇ ਉਹ ਵੀ ਬਿਮਾਰ ਹੀ ਆ ਅੱਬੇ ਨੂੰ ਕੀ ਆ ਮਸਲਨ ਸ਼ੂਗਰ ਆ ਉਹਨਾਂ ਨੂੰ ਅੱਲਾ ਰਹਿਮ ਕਰੇ ਜੀ ਬਿਮਾਰੀ ਬਹੁਤ ਮੇਰੇ ਤਾਏ ਨੂੰ ਸੀਗੀ ਅੱਛਾ ਜੀ ਪਰਸੋਂ ਕੁੱਲ ਆ ਉਹਦੇ ਉਹ ਅੱਲਾ ਤੋਂ ਖੈਰ ਮੰਗੀ ਦੀ ਹੁੰਦੀ ਆ ਅੱਬਾ ਮੇਰਾ ਚੰਗਾ ਭਲਾ ਹੈ ਜੀ ਉਹ ਚਲੋ ਜੀ ਅੱਲਾ ਦੇ ਕੰਮ ਨੇ ਲੇਕਿਨ ਅਸੀਂ ਤਾਂ ਭਾਅ ਜੀ ਇਹ ਪੰਪ ਦਾ ਕੀ ਮਸਲਾ ਉਹ ਪੈਰ 'ਤੇ ਮਾਰਨ ਲੱਗਾ ਸੀ ਯਾਰ ਪੰਪ ਦਾ ਕੀ ਮਸਲਾ ਵਾ ਨਹੀਂ ਵੱਜਦਾ ਯਾਰ ਤੈਨੂੰ ਲੋਹੇ ਨੂੰ ਲੋਹੇ ਨੇ ਕੀ ਕਹਿਣਾ ਹੈਂਜੀ ਆਹੋ ਭਾਅ ਜੀ ਬਹੁਤ ਤੰਗੀ ਆ ਪਾਣੀ ਦੀ ਜਦੋਂ ਜਦੋਂ ਦਾ ਪੰਪ ਲਵਾਇਆ ਹੈ ਤੁਸੀਂ ਹਾਂਜੀ ਇਹਨੂੰ ਤੁਸੀਂ ਕੁਛ ਨਹੀਂ ਹਿਲਾਇਆ ਵੀ ਨਹੀਂ ਕਦੀ ਇਹ ਵੀਰੇ ਚੈੱਕ ਕਰੋ ਯਕੀਨ ਕਰੋ ਇੰਨੀ ਵਾਰੀ ਸਾਡੀ ਇਹਨੇ ਬਰਾਦਰੀ 'ਚ ਬੇਇੱਜ਼ਤੀ ਕਰਾਈ ਹੈ ਨਾ ਅੱਛਾ ਜੂਆ ਖੇਡਦਾ ਉਹ ਭਾਈ ਉੱਧਰ ਮਹਿਮਾਨ ਆਏ ਹੁੰਦੇ ਆ ਖਤਮ ਦਰੂਦ 'ਤੇ ਇਹ ਪੱਖਾ ਦੇ ਤਾਂ ਬਿਲਕੁਲ ਹੀ ਗਿਆ ਜੀ ਪੁਲੀ ਦਾ ਮਸਲਾ ਭਾਅ ਜੀ ਕਿਹੜੀ ਪੁਲੀ ਜਿਹੜੀ ਆ ਬਾਹਰ ਕਹਿੰਦੇ ਆ ਪੰਜ ਪੁਲੀ 'ਤੇ ਆ ਜੀ ਉਹ ਇਹਦੇ ਅੰਦਰ ਇੱਕ ਪੁਲੀ ਚੱਲਦੀ ਭਾਈ ਉਹ ਜੰਗ ਲੱਗਾ ਪਿਆ ਸਾਰਾ ਆਹ ਬੈਰਿੰਗ ਵੀ ਆਵਾਜ਼ ਕਰ ਰਿਹਾ ਇਹਦੇ ਹਾਂਜੀ ਬੈਰਿੰਗ ਆਵਾਜ਼ ਕਰ ਰਿਹਾ ਬੈਰਿੰਗਾਂ ਨੇ ਆਵਾਜ਼ ਹੀ ਕਰਨੀ ਔਰ ਗੁੰਗਾ ਬੈਰਿੰਗ ਕਿਹੜਾ ਹੁੰਦਾ ਉਹ ਯਾਰ ਭਾਈ ਸਾਡੀ ਆਪਣੀ ਲੈਂਗੁਏਜ ਹੁੰਦੀ ਆ ਇਹ ਬੈਰਿੰਗ ਜਿਹੜਾ ਨਾ ਆਵਾਜ਼ ਕਰਦਾ ਜਦੋਂ ਕਣਕ ਗੀ ਉਹਦੇ ਅੰਦਰ ਚੱਲਣਾ ਹੁੰਦਾ ਉਹਨੇ ਅਗਰ ਸਹੀ ਬੈਰਿੰਗ ਹੋਏਗਾ ਸਹੀ ਹੋਏਗਾ ਫਿਰ ਆਵਾਜ਼ ਨਹੀਂ ਕਰੇਗਾ ਭਾਅ ਜੀ ਇਹਨੇ ਤਾਂ ਇੰਨਾ ਤੰਗ ਕੀਤਾ ਨਾ ਇੱਥੋਂ ਰੋਜ਼ ਅਸੀਂ ਨਾ ਨਾਲਦਿਆਂ 'ਚੋਂ ਪਾਣੀ ਲੈ ਕੇ ਇਹਦਾ ਆਹ ਖੋਲ੍ਹ ਕੇ ਭਰਦੇ ਹਾਂ ਮਾੜਾ ਜਿਹਾ ਪਾਣੀ ਚੁੱਕਦਾ ਵਾ ਪੂਰੀ ਟੈਂਕੀ ਵੀ ਨਹੀਂ ਭਰਦਾ ਅਤੇ ਬੰਦ ਹੋ ਜਾਂਦਾ ਫਿਰ ਪਾਣੀ ਛੱਡ ਦਿੰਦਾ ਵੈਸੇ ਤੁਸੀਂ ਪਾਣੀ ਕੀ ਕਰਨਾ ਨਹਾਉਣਾ ਤਾਂ ਤੁਸੀਂ ਹੁੰਦਾ ਨਹੀਂ ਹੈਲੋ ਕਿਉਂ ਅਸੀਂ ਕਿਉਂ ਨਹੀਂ ਨਹਾਉਣਾ ਹੁੰਦਾ ਵੀਰੇ ਪਾਣੀ ਚਲਾ ਗਿਆ ਬਹੁਤ ਥੱਲੇ ਹਾਂਜੀ ਅਤੇ ਤੁਸੀਂ ਵੀ ਥੱਲੇ ਚਲੇ ਜਾਓ ਹੈਂ ਕਿੱਥੇ ਚੱਲ ਜਾਈਏ ਥੱਲੇ ਥੱਲੇ ਹੀ ਜਾ ਰਿਹਾ ਮੁਲਕ ਵੀ ਸਾਡਾ ਥੱਲੇ ਜਾ ਰਿਹਾ ਅਸੀਂ ਵੀ ਥੱਲੇ ਜਾ ਰਹੇ ਹਾਂ ਭਾਜੀ ਇਹ ਤਾਂ ਨਾ ਆਹ ਦੇਖੋ ਇਹਦਾ ਹੈੱਡ ਦਾ ਖੋਲ੍ਹ ਕੇ ਨਾ ਆਹ ਜਿਹੜਾ ਨਾ ਯਾਰ ਤੂੰ ਮਿਸਤਰੀ ਹੈ ਕਿ ਮੈਂ ਖੋਲ੍ਹਣ ਤੇ ਭਾਜੀ ਗੱਲ ਇਹ ਦੱਸਦੇ ਹਾਂ ਵੀ ਸਾਡੇ ਤਾਂ ਆਂਢੀ ਗੁਆਂਢੀ ਸਾਡੇ ਸਿਰ ਹੋਏ ਆ ਉੱਥੇ ਪਾਣੀ ਢੋ ਢੋ ਮਰ ਗਏ ਅਸੀਂ ਨਾਲਦਿਆਂ ਦੇ ਭਾਜੀ ਇੱਕ ਮਿੰਟ ਇਹਦਾ ਨਾ ਕਪੈਸਿਟਰ ਚੈੱਕ ਕਰ ਲਈਏ ਇਹਦਾ ਵੀ ਮਸਲਾ ਕਰਦਾ ਹੁੰਦਾ ਅਗਰ ਇਹ ਹੀ ਸੜਿਆ ਹੋਇਆ ਨਾ ਤਾਂ ਫਿਰ ਜ਼ੋਰ ਕਿੰਨੇ ਲਾਉਣਾ ਅਤੇ ਕਿੰਨੇ ਭੈਣ ਭਰਾ ਹੋ ਭਾਜੀ ਨੌ ਭੈਣ ਭਰਾ ਵਾ ਆ ਤਾਂ ਫਿਰ ਉਹਨੇ ਕਿੱਥੋਂ ਪਾਣੀ ਚੁੱਕਣਾ ਨੌ ਪੰਜ ਚਾਰ ਭਰਾ ਮਰਵਾ ਦਾਂ ਫਿਰ ਪਾਣੀ ਚੁੱਕ ਲੂੰਗਾ ਜਿਹੋ ਜਿਹੀਆਂ ਤੁਹਾਡੀਆਂ ਸ਼ਕਲਾਂ ਨਾ ਇਹ ਪਾਣੀ ਤੁਹਾਨੂੰ ਵੇਖ ਕੇ ਥੱਲੇ ਚਲਾ ਗਿਆ ਕਿਤੇ ਇਹ ਕਿਹੜੀ ਗੱਲ ਹੋਈ ਨੌ ਭਰਾ ਵਾ ਤਾਂ ਪਾਣੀ ਇਹਨੇ ਕਿਉਂ ਚੁੱਕਣਾ ਲੈ ਆਹ ਲੈ ਆਹ ਕਪੈਸਿਟਰ ਦਾ ਵੇਖ ਕੀ ਹਾਲ ਕੀਤਾ ਤੁਸੀਂ ਉਹ ਯਾਰ ਅਸੀਂ ਦੰਦੀ ਵੱਢਦੀ ਆ ਕਪੈਸਿਟਰ ਨੂੰ ਵੇਚ ਹੀ ਲੱਗਾ ਵਾ ਚਲਾਉਂਦੇ ਹੀ ਹਾਂ ਅਸੀਂ ਨਹੀਂ ਤਾਂ ਵੀਰੇ ਆਵੇ ਆ ਸੜਿਆ ਪਿਆ ਸਾਰਾ ਹੀ ਇਹਨੇ ਕਿੱਥੋਂ ਚੁੱਕਣਾ ਪਾਣੀ ਤੇਰੀਆਂ ਤਾਂ ਗੱਲਾਂ ਸੁਣ ਕੇ ਵੀ ਮੇਰਾ ਦਿਲ ਸੜਿਆ ਪਿਆ ਅਗਰ ਤੁਹਾਨੂੰ ਖੁੱਲ੍ਹਾ ਪਾਣੀ ਚਾਹੀਦਾ ਨਾ ਹਾਂ ਹਾਂ ਤੁਸੀਂ ਨਹਿਰ 'ਤੇ ਘਰ ਲੈ ਲਓ ਉਹ ਪਾਣੀ ਵੀਰੇ ਥੱਲੇ ਚਲਾ ਗਿਆ ਬਹੁਤ ਉਹ ਥੱਲੇ ਕਿਹੜਾ ਬੇਸਮੈਂਟ ਅਸੀਂ ਗੋਤਾ ਮਾਰ ਲਈਏ ਪਾਣੀ ਦੇ ਥੱਲੇ ਜ਼ਮੀਨ 'ਚ ਹੁਣ ਘੱਟ ਤੋਂ ਘੱਟ ਨਾ 200 ਅਤੇ 250 ਦੇ ਲੋਕ ਲਵਾ ਰਹੇ ਮੋਟਰ ਅੰਦਰ ਹੀ ਸੁੱਟ ਦਿੰਦੇ ਆ ਉਹ ਫਿਰ ਪਾਣੀ ਚੁੱਕਦੀ ਆ ਅਗਰ ਤੁਹਾਨੂੰ ਉਹ ਅਸੀਂ ਦੇ ਦਈਏ ਉਹ ਕਰਾ ਲਓ ਤੁਸੀਂ
ਉਹ ਨਹੀਂ ਭਾਈ ਉਹਦਾ ਤੇ ਖੂਹ ਦਾ ਹੀ ਬੜਾ ਖਰਚਾ ਆਉਂਦਾ ਵਾ ਥੱਲੇ ਫਿਰ ਥੱਲੇ ਖੂਹ ਦਾ ਕੀ ਖੁਸਰੇ ਲੈਣੇ ਮੋਟਰਸਾਈਕਲ ਲੈਣੇ ਤੇ ਮੌਤ ਦਾ ਖੂਹ ਬਣਾਉਣ ਲੱਗਾ ਖੂਹ ਲੋਕਾਂ ਨੇ ਕੱਢਣਾ ਯਾਰ ਉਹ ਯਾਰ ਉਹ ਕੱਢਦੇ ਨਹੀਂ ਥੱਲੇ ਮੋਟਰ ਲਾਉਣ ਲਈ ਉਹ ਵੀਰੇ ਇੱਕ ਮੈਂ ਤੈਨੂੰ ਮਸ਼ਵਰਾ ਦੇਣਾ ਵਾ ਇਹ ਸਾਡੀ ਅਲਹਮਦੁਲਿਲਾ ਬਹੁਤ ਪੁਰਾਣੀ ਦੁਕਾਨ ਆ ਤੂੰ ਪੰਪਾਂ ਵਾਲਾ ਕਿ MBBS ਤੂੰ ਮਸ਼ਵਰਾ ਦੇ ਲਾ ਪਹਿਲਾਂ ਮੈਨੂੰ ਵੀਰੇ ਬਿਜਲੀ ਵੀ ਜਿਹੜੀ ਘੱਟਦੀ ਵੱਧਦੀ ਨਾ ਉਹਦੇ ਨਾਲ ਵੀ ਪੰਪ ਸੜ ਜਾਂਦੇ ਆ ਘਰ ਦੀਆਂ ਚੀਜ਼ਾਂ ਸੜ ਜਾਂਦੀਆਂ ਫਰਿੱਜ ਸੜ ਜਾਂਦੇ ਆ ਮੂੰਹ ਸੜ ਜਾਂਦੇ ਆ ਹੈਲੋ ਮਿਸਤਰੀ ਰਹਿ ਯਾਰ ਸਮਝਦਾ ਨਾ ਇਹਦਾ ਭਾਈ ਹੱਲ ਇਹ ਹੀ ਆ ਤੁਸੀਂ ਇਹਨੂੰ ਦਿਓ ਅਤੇ ਨਵੀਂ ਮੋਟਰ ਲੈ ਲਓ ਦੇ ਦਿਓ ਅਤੇ ਨਾਲ ਪੈਸੇ ਦੇ ਦਿਓ ਹੁਣ ਨਾਲ ਪੈਸੇ ਤੈਨੂੰ ਕਿਉਂ ਦੇ ਦਈਏ ਹੁਣ ਤੂੰ ਕਹਿ ਕੇ ਨਹੀਂ ਹਟਾ ਪੁਰਾਣੀ ਮੋਟਰ ਲੈ ਦੇ ਕੇ ਤਾਂ ਨਵੀਂ ਲੈ ਲਓ ਤੂੰ ਇੱਕ ਜ਼ਬਾਨ 'ਤੇ ਰੱਖ ਆਪਣੀ ਉਹ ਕੁਰਾਨਦਾਜ਼ੀ 'ਚ ਨਿਕਲੀ ਤੇਰੀ ਮੋਟਰ ਉਹ ਯਾਰ ਭਾਈ ਤੂੰ ਹੁਣ ਕਹਿ ਕੇ ਨਹੀਂ ਹਟਿਆ ਵੀ ਪੁਰਾਣਾ ਪੰਪ ਜਿਹੜਾ ਦੇ ਦਿਓ ਅਤੇ ਨਵਾਂ ਪੰਪ ਲੈ ਲਓ ਅਤੇ ਵੀਰੇ ਉਹਦੇ ਨਾਲ ਪੈਸੇ ਵੀ ਤਾਂ ਦੇਣੇ ਪੈਣੇ ਉਹਦੇ ਨਾਲ ਤੁਹਾਨੂੰ ਫਿਰ ਪੈਸੇ 'ਚ ਜੇਦ ਬਣਾਉਣਾ ਕੁੜੀ ਦਾ ਤੈਨੂੰ ਨਾਲ ਪੈਸੇ ਵੀ ਦੇਵਾਂ ਅਤੇ ਤੈਨੂੰ ਮੈਂ ਉਸ ਤਰ੍ਹਾਂ ਹੀ ਰੱਖ ਕੇ ਪੁਰਾਣੀ ਚੀਜ਼ ਤਾਂ ਨਵੀਂ ਚੁਕਾ ਦਿਆਂ ਯਾਰ ਦਿੰਦੇ ਨਹੀਂ ਲੋਕ ਕਹਿੰਦੇ ਆ ਵੀ ਪੁਰਾਣਾ ਪੰਪ ਦੇ ਜਾਓ ਅਤੇ ਨਵਾਂ ਲੈ ਜਾਓ ਪੁਰਾਣੀ ਗੱਡੀ ਦੇ ਜਾਓ ਅਤੇ ਨਵੀਂ ਲੈ ਜਾਓ ਅਤੇ ਨਾਲ ਪੈਸੇ ਨਹੀਂ ਲੈਂਦੇ ਨਾਲ ਕਾਹਦੇ ਪੈਸੇ ਲੈਣੇ ਜਦੋਂ ਤੁਹਾਨੂੰ ਪੁਰਾਣਾ ਪੰਪ ਦੇ ਦੇਣਾ ਸੀ ਲੈ ਪੁਰਾਣਾ ਪੰਪ ਤਾਂ ਬਹੁਤ ਅੱਛੇ ਵੀ ਐਂਟੀਕ ਚੀਜ਼ਾਂ ਦੇ ਰਿਹਾ ਤੂੰ ਤੂੰ ਮੈਨੂੰ ਪੁਰਾਣਾ ਨਾਨਾ ਦੇ ਰਿਹਾ ਨਾਲ ਮੋਟਰ ਹੀ ਆ ਮੋਟਰ ਨਾਲ ਮੋਟਰ ਲੈਣੀ ਆ ਤੂੰ ਇਹ ਜਦੋਂ ਚੱਲਦੀ ਆਵਾਜ਼ ਦਿੰਦੀ ਆ ਹਾਂਜੀ ਦਿੰਦੀ ਆ ਆਵਾਜ਼ ਕਿਉਂ ਨਹੀਂ ਸੁਣਦੇ ਤੂੰ ਉਹ ਆਵਾਜ਼ ਮੇਰਾ ਬਾਬਾ ਮੈਨੂੰ ਆਵਾਜ਼ ਦਿੰਦਾ ਉਹ ਯਾਰ ਜਦੋਂ ਪਹਿਲੇ ਖਰਾਬ ਸੀਗਾ ਉਦੋਂ ਤੁਸੀਂ ਵਿੱਚ ਪਾਣੀ ਪਾਈ ਜਾਂਦੇ ਆਪ ਹੀ ਘਰ 'ਚ ਤੁਸੀਂ ਮਿਸਤਰੀ ਬਣੇ ਹੁੰਦੇ ਯਾਰ ਟਰਾਈ ਤਾਂ ਗਰੀਬ ਆਦਮੀ ਭਾਅ ਜੀ ਤੁਹਾਨੂੰ ਪਤਾ ਵਾ ਦਿਹਾੜੀਦਾਰ ਬੰਦੇ ਆ ਪਹਿਲਾਂ ਆਪ ਟਰਾਈ ਬੰਦਾ ਕਰਦਾ ਵੀ ਸ਼ਾਇਦ ਪੈਸੇ ਬਚ ਹੀ ਜਾਣ ਨਹੀਂ ਤੁਹਾਡਾ ਇਹ ਕੰਮ ਹੀ ਨਹੀਂ ਤੁਸੀਂ ਕਾਹਦੇ ਲਈ ਮੋਟਰ ਨੂੰ ਹੱਥ ਲਾਉਂਦਾ ਉਹ ਹੱਥ ਲਾਇਆ ਫੌਲ ਹੋ ਗਿਆ ਵਾ ਅਸੀਂ ਪਾਣੀ ਪਾਇਆ ਵਾ ਵਿੱਚ ਪਾਣੀ ਹਰ ਬੰਦਾ ਹੀ ਪਾ ਲੈਂਦਾ ਵਾ ਹਰ ਬੰਦਾ ਪਾਣੀ ਪਾਉਂਦਾ ਕੋਈ ਕਿਸੇ ਤਰੀਕੇ ਦਾ ਪਾਣੀ ਹੁੰਦਾ ਕੋਈ ਕਿਸੇ ਤਰੀਕੇ ਦਾ ਕਿਹੜਾ ਪੜਿਆ ਪਾਣੀ ਪਾ ਦਿੱਤਾ ਇੱਕ ਦਿਨ ਇੱਕ ਬੰਦਾ ਆਇਆ ਮੋਟਰ ਲੈ ਕੇ ਕਹਿੰਦਾ ਜੀ ਪਾਣੀ ਨਹੀਂ ਚੁੱਕਦੀ ਮੁੜ ਕੇ ਅਸੀਂ ਚਲਾ ਕੇ ਆਏ ਹਾਂ ਉਹ ਫਿਰ ਨਹੀਂ ਸੀ ਚੁੱਕ ਰਹੀ ਉਹਨੇ ਆ ਖੋਲ੍ਹ ਕੇ ਨਾ ਇਹਦੇ 'ਚ ਬੋਤਲ ਪਾ ਦਿੱਤੀ ਸ਼ਰਾਬ ਦੀ ਹੈਂ ਹਾਂ ਉਹ ਸਾਰਾ ਘਰ ਟੁੰਨ ਹੋਇਆ ਉੱਥੇ ਜਾਹਲ ਬੰਦਾ ਹੀ ਹੋਏਗਾ ਬਾਕੀ ਭਾਈ ਜੀ ਪਤਾ ਕੀ ਆ ਇਹਦਾ ਹੱਲ ਇਹ ਹੀ ਆ ਆਹ ਤਾਂ ਖੋਲ੍ਹ ਜ਼ਰਾ ਮੈਂ ਖੋਲ੍ਹਾਂ ਵੀ ਬੜਾ ਕਾਰੀਗਰ ਹਾਂ ਵੀ ਤੂੰ ਨਹੀਂ ਜ਼ੋਰ ਨਾ ਜ਼ੋਰ ਲਾ ਆਖਰੇ ਕਦੋਂ ਦੀ ਖੋਲ੍ਹੀ ਤੁਸੀਂ ਉਹ ਪਰਸੋਂ ਬੰਦ ਕੀਤਾ ਲੈ ਪਰਸੋਂ ਬੰਦ ਕੀਤਾ ਬੜਾ ਕਾਰੀਗਰ ਹੈਡ ਦਾ ਬਟਨ ਖੁੱਲ੍ਹਣ ਨਹੀਂ ਡਿਆ ਦੰਦਾਂ ਦੀਆਂ ਬੰਦ ਕੀਤੀਆਂ ਤੈਨੂੰ ਹੱਥਾਂ ਨਾਲ ਖੋਲ੍ਹਣੀਆਂ ਪੈ ਰਹੀਆਂ ਆਹ ਤਾਂ ਖੁਸ਼ਕ ਹੋਇਆ ਲੈ ਇਹ 'ਚ ਕਿੱਥੇ ਪਾਣੀ ਪਾ ਦਿੱਤਾ ਤੁਸੀਂ ਕੱਲ੍ਹ ਦਾ ਤਾਂ ਬੰਦ ਆ ਖੁਸ਼ਕ ਹੁਣ ਮੈਂ ਉਹ ਕੱਲ੍ਹ ਦਾ ਬੰਦ ਆ ਨਵਾ ਕੇ ਲਿਆਉਂਦਾ ਪੰਪ ਨੂੰ ਦਰਵਾਜ਼ਾ ਜਿਹੜਾ ਕੱਲ੍ਹ ਦਾ ਬੰਦ ਆ ਅਤੇ ਕੱਲ੍ਹ ਦਾ ਕੀ ਕਰਨ ਦੇ ਉਹ ਪਾਣੀ ਕਿੱਥੋਂ ਲੈ ਰਹੇ ਭਾਈ ਆਂਡੀਆਂ ਗੁਆਂਢੀਆਂ ਕੋਲੋਂ ਪੈਪ ਲਾ ਕੇ ਘਰ ਬਾਲਟੀਆਂ ਭਰੀਆਂ ਟੱਪ ਭਰੇ ਆ ਤਾਂ ਗੁਜ਼ਾਰਾ ਕਰਨ ਦੇ ਇਹਦਾ ਕਪੈਸਟਰ ਵੀ ਨਵਾਂ ਪੈਣਾ ਇਹ ਰਿਬੈਂਡ ਹੋਣੀ ਸਾਰੀ ਅੱਛਾ ਜੀ ਠੀਕ ਆ ਜੀ ਇਹਦਾ ਪੱਖਾ ਵੀ ਨਵਾਂ ਪੈਣਾ ਬੈਰਿੰਗ ਵੀ ਨਵੇਂ ਪੈਣੇ ਇਹਦੇ ਬੈਰਿੰਗ ਵੀ ਨਵੇਂ ਪੈਣੇ ਨਵੇਂ ਪੈਣੇ ਆ ਹੋਰ ਵੀ ਚੀਜ਼ਾਂ ਦੇਖਣੇ ਆ ਵੀ ਪੇਚ ਪੂਚ ਹੀ ਪਤਾ ਨਹੀਂ ਕਿੱਥੇ ਸੁੱਟੇ ਤੁਸੀਂ ਇਹਦੇ ਨਾ ਰੰਗ ਹੀ ਨਹੀਂ ਕਰਾਈ ਫਿਰ ਤੁਹਾਡੇ ਘਰ ਰਹਿ ਰਹਿ ਕੇ ਤੁਹਾਡੇ ਵਰਗੀ ਹੋ ਗਈ ਮੋਟਰ ਦੀ ਯਾਰ ਕੋ ਅਕਲ ਵਾਲੀ ਗੱਲ ਕਰ ਭਾ ਬਾਹਰ ਪਾਣੀ ਪੂਣੀ ਪੈਂਦਾ ਜੰਗ ਛਿਆਵਾਂ ਨੂੰ ਲੱਗ ਜਾਂਦਾ ਅਸੀਂ ਕਿਹੜਾ ਉਹਨੂੰ ਹੁਣ ਅੰਦਰ ਰੱਖਣਾ ਬਾਹਰ ਲੱਗਾ ਗਲੀ 'ਚ ਪੰਪ ਲੱਗਾ ਕਿੰਨਾ ਕੁ ਖਰਚਾ ਆਏਗਾ ਇਹਦਾ ਕਪੈਸਟਰ ਜਿਹੜਾ ਅੱਛੀ ਕੁਆਲਿਟੀ ਦਾ ਪਾਉਣਾ ਆਹੋ ਯਾਰ ਆ ਜਿਹੜਾ ਸੜੇ ਨਾ ਬੈਰਿੰਗ ਵੀ ਅੱਛਾ ਪਾਉਣਾ ਤੂੰ ਆਹੋ 4000 ਰੁਪਇਆ ਉਹ ਵੀ ਤੁਹਾਡੇ ਮੂੰਹ ਨੂੰ ਹੈ ਜੀ 4000 4000 ਹਾਂ ਭਾਅ ਜੀ ਕੋਈ ਰਹਿਤ ਰੂਤ ਇੱਥੇ ਹੀ ਆ ਮੱਲੇਦਾਰੀਆਂ ਅਸੀਂ ਕਿਹੜਾ ਕੋਈ ਦੂਰੋਂ ਆਏ ਹਾਂ ਰਹਿਤ ਇਹੀ ਆ ਕਿ ਮੁੰਡਾ ਜਾਏਗਾ ਫਿੱਟ ਕਰਕੇ ਪਾਣੀ ਚੜ੍ਹਾ ਕੇ ਇਹ ਮੀਆਂ ਤੁਹਾਨੂੰ ਨਵਾ ਕੇ ਤੁਹਾਨੂੰ ਕੱਪੜੇ ਕੁਪੜੇ ਪਵਾ ਕੇ ਚੰਗੀ ਤਰ੍ਹਾਂ ਤਿਆਰ ਕਰਕੇ ਫਿਰ ਆਏਗਾ ਬੜੀਆਂ ਸਹੂਲਤਾਂ ਦੇ ਰਹੇ ਹੋ ਵੀ ਨਾਲ ਆਹੋ ਇਹ ਮੀਆਂ ਮੋਟਰ ਹੀ ਆ ਨਾ ਭਾਜੀ ਮੀਆਂ ਮੋਟਰ ਭਾਅ ਜੀ ਸਭ ਤੋਂ ਪੁਰਾਣੀ ਦੁਕਾਨ ਆ ਸਾਡੀ ਇੱਥੇ ਬੈਠੇ ਹਾਂ ਅਸੀਂ ਅਤੇ ਮੈਂ ਐਵੇਂ ਆ ਗਿਆ ਜੇ ਇੰਨੀ ਪੁਰਾਣੀ ਦੁਕਾਨ ਆ ਮੈਂ ਕਿਸੇ ਹੋਰ ਕੋ ਜਾਣਾ ਜਿਨ੍ਹਾਂ ਨੂੰ ਕੰਮ ਆਉਂਦਾ ਹੈ ਹੈਂ ਚਲਾ ਜਾ ਫਿਰ ਅੱਗੇ ਤੇਰੀ ਛਿੱਲ ਲਾਉਣਗੇ ਅਗਲੇ ਨਹੀਂ ਆ ਛਿੱਲ ਤਾਂ ਤੁਸੀਂ ਵੀ ਲਾਉਣ ਡਏ ਆ ਮੋਟਰ ਖੋਲ੍ਹੋਗੇ ਤਾਂ ਪਤਾ ਲੱਗੂਗਾ ਵੈਂਡ ਸੜੀ ਆ ਜਾਂ ਨਹੀਂ ਸੜੀ ਤੁਸੀਂ ਇੱਥੇ ਹੀ ਸਾੜਤੀ ਆ ਉਹ ਵੀਰੇ ਸੜੀ ਇੱਥੋਂ ਪਤਾ ਲੱਗ ਜਾਂਦਾ ਆਹ ਵੇ ਆਹ ਕੀ ਆ ਆਹ ਵੇ ਆਹ ਝੜਦੇ ਫਿਰਦੇ ਤੇਰੇ ਪੱਖੇ ਹੀ ਇਹ ਵੀਰੇ ਅਸੀਂ ਕਰ ਦਿਆਂਗੇ ਅਤੇ ਮਿਲੇਗੀ 2-4 ਦਿਨ 'ਚ ਅਤੇ ਫਿਰ 2-4 ਦਿਨ ਕਿਤੇ ਹੱਲ ਨਾ ਹੋ ਗਏ ਨਹੀਂ 2-4 ਦਿਨ ਤਾਂ ਬਹੁਤ ਔਖਾ ਜਾਣਾ ਭਾਅ ਜੀ ਨੇ ਤਾਂ ਸੜਕੋ ਤਾਂ ਗੁਆਂਢੀ ਨਹੀਂ ਤੁਹਾਨੂੰ ਯਾਰ ਉਹ ਤਾਂ ਗੁਆਂਢੀ ਅੱਕੇ ਪਏ ਆ ਭਾਅ ਜੀ ਪਾਣੀ ਦੇ ਕੇ ਪਾਇਪ ਲਾਇਆ ਵਾ ਪਲਾਸਟਿਕ ਦਾ ਅਸੀਂ ਇਹ ਤਾਂ ਫੌਰੀ ਕਰੋ ਨਾਲੇ ਪੈ ਕੋਈ ਰਿਆਇਤ ਕਰੋ ਮਾੜੀ ਮੋਟੀ ਕੋਈ
ਰਹਿਤ ਭਾਅ ਜੀ ਇਹੀ ਹੈਗੀ ਆ ਤੁਹਾਨੂੰ ਕਿਹਾ ਉਹ ਮਜ਼ਦੂਰੀ ਨਾ ਦੇਣਾ ਮੁੰਡਾ ਜਾ ਕੇ ਉੱਥੇ ਫਿੱਟ ਕਰਕੇ ਪਾਣੀ ਚੜਾ ਕੇ ਟੈਂਕੀ 'ਚ ਤਾਂ ਨਹੀਂ ਕੋਈ ਮਸਲਾ ਨਹੀਂ ਨਹੀਂ ਟੈਂਕੀ 'ਚ ਇਹਦੇ 'ਚੋਂ ਪਾਣੀ ਜਾਊ ਤਾਂ ਟੈਂਕੀ 'ਚ ਕੋਈ ਮਸਲਾ ਹੋਊਗਾ ਜਦੋਂ ਪਾਣੀ ਨਹੀਂ ਚੁੱਕਦਾ ਤਾਂ ਟੈਂਕੀ ਨਾ ਅੱਗੋਂ ਬੰਦ ਹੋਵੇ ਤੁਹਾਡੀ ਯਾਰ ਭਾਅ ਆਹ ਇਸ ਹਿੱਸੇ 'ਚ ਪਾਣੀ ਨਹੀਂ ਆਉਂਦਾ ਇਹਦੇ 'ਚ ਨਹੀਂ ਆਉਂਦਾ ਹਾਂ ਹਾਂ ਬਸ ਫਿਰ ਉਹ ਭਾਅ ਜੀ 4,000 rupees ਅਸੀਂ ਲੈ ਲਾਂਗੇ ਅਤੇ ਤੁਹਾਨੂੰ ਕੱਲ੍ਹ ਦੇ ਦਿਆਂਗੇ ਚਲੋ ਜਾਓ ਇਹ ਵੀ ਆ ਕੰਮ ਅੰਦਰ ਬਹੁਤ ਆ ਮੁੰਡੇ ਕਰ ਰਹੇ ਨੇ ਸਾਡੇ ਅਤੇ ਮੈਂ ਇਹ ਆ ਕਿ ਕੱਲ੍ਹ ਤੱਕ ਤੁਹਾਨੂੰ ਫਿੱਟ ਕਰਾ ਲਿਆ ਕੱਲ੍ਹ ਤੱਕ ਤੁਸੀਂ ਫਿਰ ਗੰਦੇ ਹੀ ਫਿਰੋਗੇ ਪਾਣੀ ਤਾਂ ਆ ਨਹੀਂ ਗਿਆ ਉਹ ਯਾਰ ਗੰਦੇ ਕਿਉਂ ਫਿਰਾਂਗੇ ਅਸੀਂ ਭਰਾ ਦਾ ਘਰ ਸਾਡੇ ਨਾਲ ਆ ਫਿਰ ਇੱਕ ਦਿਨ ਅਸੀਂ ਉਹਨਾਂ ਦੇ ਕੱਢ ਲਾਂਗੇ ਹੋਰ ਕੀ ਚਾਹੀਦਾ ਭਰਾ ਹਾਲ ਚਲੇ ਜਾਓ ਤੁਸੀਂ ਅਤੇ ਮੋਟਰ ਭਰਾ ਹਾਲ ਲਾਉਣੀ ਜਾਂ ਤੁਹਾਡੇ ਹੱਲ ਸਾਡੇ ਹੱਲ ਖਰਾਬ ਆ ਸਾਡੇ ਹੱਲ ਹੀ ਲਾਉਣੀ ਆ ਉਹਦਾ ਨਵਾਂ ਪੰਪ ਲਵਾਉਣਾ ਤੁਸੀਂ ਬੱਚੇ ਤੇਰੇ ਸ਼ਰਾਰਤੀ ਲੱਗਦੇ ਆ ਇੱਧਰ ਮੋਟਰ ਵੱਲ ਤਾਂ ਨਹੀਂ ਜਾਂਦੇ ਉਹ ਯਾਰ ਮੋਟਰ ਵੱਲ ਕੀ ਲੈਣ ਜਾਣਾ ਭਰਾ ਨਿਆਣਿਆਂ ਨੇ ਅਸੀਂ ਆਪ ਮੋਟਰ ਚਲਾਉਂਦੇ ਹਾਂ ਨਹੀਂ ਇਹਦੇ ਅੰਦਰ ਬੈਲਟ ਬੁਲਟ ਚੱਲਦੇ ਹੁੰਦੇ ਨਾ ਬੱਚੇ ਹੱਥ ਦੇ ਦਿੰਦੇ ਵਿੱਚ ਬਹੁਤ ਭੈੜੀ ਸੱਟ ਲੱਗਦੀ ਫਿਰ ਆਹ ਦੇਖੋ ਪੰਪ ਤਾਂ ਵੇਖੋ ਤੁਸੀਂ ਉੱਠੋ ਤਾਂ ਸਹੀ ਤੇ ਨਵਾਂ ਹੀ ਲਵਾ ਲਓ ਛੱਡੋ ਪਰੇ ਕੱਲ੍ਹ ਨੂੰ ਫਿਰ ਸੜ ਜਾਏਗਾ ਉਠਾਓ ਮੈਨੂੰ ਭਾਈ ਮਾੜਾ ਜਿਹਾ ਹੈਂਜੀ ਆਹ ਮੈਨੂੰ ਉਠਾਓ ਮੈਂ ਕਿਹਾ ਮਾੜਾ ਜਿਹਾ ਫੜ ਫਾਲ ਜਾ ਤੈਨੂੰ ਭਾਈ ਆ ਜਾਓ ਉੱਠੋ ਉੱਠ ਸ਼ੇਰ ਹੋ ਯਾਰ ਪੰਪ ਚੁੱਕ ਕੇ ਲਿਆਇਆ ਨਾ ਮੋਢੇ ਥੱਕ ਗਏ ਨਹੀਂ ਭਾਈ ਫਿਰ ਇਹੋ ਜਿਹੇ ਕੰਮਾਂ 'ਚ ਹੁੰਦਾ ਰਕਸ਼ੇ 'ਚ ਰੱਖ ਕੇ ਲੈ ਆਉਣਾ ਸੀ ਇਹ ਲਵਾ ਲਓ ਤੁਸੀਂ ਬਿਲਕੁਲ ਨਵਾਂ ਪੰਪ ਤਿੰਨ ਆਵਾਜ਼ ਕਰੇ ਪਾਣੀ ਨਾ ਚੁੱਕੇ ਤੁਹਾਡੀ ਗੱਲ ਨਾ ਮੰਨੇ ਇੱਥੇ ਵਾਪਸ ਦੇ ਜਾਣਾ ਤਾਂ ਮੇਰੀ ਮੈਂ ਉਹਨੂੰ ਕਿਹੜੀ ਗੱਲ ਮਨਾਉਣੀ ਆ ਜੀ ਮੰਗਣੀ ਉੱਥੇ ਨਾ ਕਰਾ ਤੇ ਇੱਥੇ ਕਰਾ ਲਾ ਮੈਂ ਉਹਨੂੰ ਕਿਹੜੀ ਗੱਲ ਮਨਾਉਣੀ ਤੁਸੀਂ ਨਾ ਇਹਨੂੰ ਆਟੋਮੈਟਿਕ ਕਰਾ ਲਓ ਜਦੋਂ ਟੈਂਕੀ ਭਰ ਜਾਂਦੀ ਨਾ ਇੱਕ ਲਹਿਦਾ ਸੁੱਚ ਜਿਹਾ ਲੱਗਦਾ ਵਿੱਚ ਆਪੇ ਹੀ ਬੰਦ ਹੋ ਜਾਂਦਾ ਪੰਪ ਅਤੇ ਆ ਜਿਹੜਾ ਤੂੰ ਮੈਨੂੰ ਸੁੱਚ ਲਾਉਣ ਡਿਆ 4,000 ਦਾ ਉਹਦਾ ਕੀ ਕਰਨਾ ਮੈਂ ਕਿਹੜਾ ਸੁੱਚ ਲਾਉਣ ਡਿਆ ਆਹ ਜਿਹੜਾ 4,000 rupees ਬਗੈਰ ਖੋਲ੍ਹੇ ਤੋਂ ਮੰਗੀ ਜਾਣ ਡਿਆ ਜਦ ਬੈਂਡਿੰਗ 'ਤੇ ਖੋਲ੍ਹ ਕੇ ਪਤਾ ਲੱਗਣਾ ਸੜੀ ਆ ਕਿ ਨਹੀਂ ਸੜੀ ਉਹ ਯਾਰ ਭਾਈ ਆ ਤੇਰੇ ਸਾਹਮਣੇ ਕਰ ਦਿੰਦੇ ਤੂੰ ਵਿਹਲਾ ਏ ਤਾਂ ਬਹਿ ਜਾ ਤੇਰੇ ਸਾਹਮਣੇ ਕਰ ਦਿੰਦੇ ਅਸੀਂ ਉਹ ਸੜੀ ਆ ਇਹ ਤੈਨੂੰ ਪਤਾ ਅਬ ਇਹ ਤਾਂ ਸਹੀ ਉਹਦਾ ਹਾਲ ਕੀ ਹੋਇਆ ਵਾ ਤੇਰੇ ਅੱਬੇ ਦੀ ਉਮਰ ਕਿੰਨੀ ਆ ਤੇਰੇ ਬਾਲਕ ਸਾਹਿਬ ਦੀ ਹੈ ਕੋਈ 85 ਸਾਲ ਹੈਗੀ ਅਤੇ ਬਸ ਉਹਦੇ ਤੋਂ 1-2 ਸਾਲ ਹੀ ਛੋਟੀ ਆ ਮੋਟਰ ਹਿਸਾਬ ਲਾ ਲਾ ਆ ਜੇ 10 ਸਾਲ ਹੋਏ ਆ ਸਿਰਫ ਮੋਟਰ ਲਵਾਈ ਨੂੰ ਉਹ ਤਾਂ ਤੁਸੀਂ ਲਵਾਈ ਆ ਨਾ ਤਾਂ ਪਹਿਲੇ ਵੀ ਤਾਂ ਕਿਤੇ ਲੱਗੀ ਹੋਣੀ ਆ ਤੁਸੀਂ ਆ ਲੈ ਲਓ ਭਾਅ ਨਵਾਂ ਜੇ ਨਵਾਂ ਪੰਪ ਲਈਏ ਤਾਂ ਕਿੰਨੇ ਪੈਸੇ ਨਾਲ ਦੇਣੇ ਪੈਣਗੇ ਅਗਰ ਤੁਸੀਂ ਇਹ ਨਾਲ ਦਿੰਦੇ ਹੋ ਨਾ ਤਾਂ ਅਸੀਂ ਨਵੀਂ ਤੁਹਾਨੂੰ ਦੇ ਦਿੰਦੇ ਹਾਂ 8,000 rupees 8,000 ਹਾਂਜੀ ਇਹਦਾ ਹੀ ਕਰੋ ਭਾਅ ਜੀ ਤੁਸੀਂ ਸਹੀ ਇਹਨੂੰ ਕੱਲ੍ਹ ਸ਼ਾਮ ਤੱਕ ਦੇ ਦਿਓ ਅਤੇ ਰੁਪਈਆ ਮੈਂ ਤੁਹਾਨੂੰ 1500 ਦੇਵਾਂਗਾ ਕੱਲ੍ਹ ਨੂੰ ਅਤੇ ਬਕਾਇਆ ਫਿਰ ਮੈਂ ਤੁਹਾਨੂੰ ਦੇਈ ਜਾਵਾਂਗਾ ਇੱਕ ਦੋ ਦਿਨਾਂ ਤੱਕ ਦਿਹਾੜੀਆਂ ਲੱਗਣੀਆਂ ਫਿਰ ਮੇਰਾ ਖਿਆਲ ਸਹੀ ਪਾਣੀ ਤੇਰੇ ਘਰ ਨਹੀਂ ਆ ਰਿਹਾ ਕੀ ਗੱਲ ਹੋਈ ਜਿੱਦਾਂ ਤੂੰ ਕਿਸ਼ਤਾਂ ਕਰ ਰਿਹਾ ਨਾ ਸਾਡੇ ਨਾਲ ਮੋਟਰ ਦੀਆਂ ਉਹ ਭਾਅ ਜੀ ਮਹਿੰਗਾਈ ਤਾਂ ਇੰਨੀ ਪਈ ਹੋਈ ਆ ਤੁਹਾਨੂੰ ਪਤਾ ਮਹਿੰਗਾਈ ਭਾਅ ਜੀ ਤੂੰ ਗਰੀਬ ਆਦਮੀ ਨਾਲ ਵਾ ਉੱਥੇ ਨਹਿਰ 'ਤੇ ਲੈ ਜਾ ਕਰ ਬੱਚੇ ਉੱਥੇ ਨਵਾ ਲਿਆ ਆਇਆ ਕਰ 1500 ਮੈਂ ਤੁਹਾਨੂੰ ਦੇ ਜਾਂਦਾ ਵਾ ਤੁਸੀਂ ਬਕਾਇਆ ਜਿਹੜਾ ਜਦੋਂ ਸਹੀ ਹੋ ਜਾਏਗਾ 1-2 ਦਿਨਾਂ ਤੱਕ ਕੋਈ ਦਿਹਾੜੀ ਲੱਗਦੀ ਆ ਮੈਂ ਤੁਹਾਨੂੰ ਦੇ ਜਾਂਗਾ ਚਲੋ ਇੰਝ ਕਰ ਦਿੰਦੇ ਇਹਨੂੰ ਠੀਕ ਕਰ ਦਿੰਦੇ ਭਾਅ ਜੀ ਤੇਰੀ ਮਰਜ਼ੀ ਆ ਇਹ ਵਾ ਕਿ ਤੂੰ ਕੱਲ੍ਹ ਨੂੰ ਫਿਰ ਮੋਢੇ 'ਤੇ ਚੁੱਕੀ ਫਿਰੇਗਾ ਜਿਵੇਂ ਭਣੇਵਾਂ ਚੁੱਕੇ ਆ ਅਤੇ ਉਹਦੇ ਨਾਲ ਤੂੰ ਨਵੇਂ ਲਵਾ ਲਾ ਨਵੇਂ ਭਾਅ ਜੀ ਫਰਕ ਤਾਂ ਇੰਨਾ ਕੋਈ ਵੀ ਨਹੀਂ 8,000 ਜ਼ਿਆਦਾ 4 ਤੂੰ ਇਹਦਾ ਦੇ ਰਿਹਾ ਅਤੇ 4 ਹੋਰ ਪਾ ਕੇ 8-4 ਨਵਾਂ ਲਵਾ ਰਕਮ ਤਾਂ ਐਡੀ ਕੋਈ ਨਹੀਂ ਜ਼ਿਆਦਾ ਘਰ ਭਰਜਾਈ ਨੂੰ ਪੈ ਕੋਈ ਪੈਸੇ ਪੈ ਹੋਣ ਘਰ ਦੇਖ ਲਾ ਮੈਂ ਹੀ ਫੜਾਉਣੇ ਭਰਜਾਈ ਨੂੰ ਕਿਹੜਾ ਕਿਤੇ ਸਾਈਡ ਤੋਂ ਆਉਣੇ ਜਦੋਂ ਮੇਰੀ ਦਿਹਾੜੀ ਨਹੀਂ ਲੱਗਣ ਡਈ ਤੇ ਕਾਰੋਬਾਰ ਤਾਂ ਇੰਝ ਹੀ ਆ ਦੁਨੀਆ ਦੇ ਤੁਹਾਨੂੰ ਪਤਾ ਆਏ ਦਿਨ ਡਾਲਰ ਵੱਧ ਰਿਹਾ ਮਹਿੰਗਾਈ ਵੱਧ ਰਹੀ ਆ ਪੈਟਰੋਲ ਵੱਧ ਗਿਆ ਆਟਾ ਵੱਧ ਗਿਆ ਚਲੋ ਸਾਰਾ ਕੁਛ ਵੱਧ ਰਿਹਾ ਤੁਸੀਂ ਤਾਂ ਥੋੜ੍ਹਾ ਜਿਹਾ ਘਟੋ ਨਾ ਤੁਸੀਂ ਤੁਸੀਂ ਆਪ ਲੁੱਟਣੇ ਲਿਆ ਵਾ 8,000 ਉਹਦਾ ਤੇ 4,000 ਇਹਦਾ ਅਤੇ ਉਹਦਾ ਭਾਅ ਜੀ ਅੱਛਾ ਬਸ ਤੇਰੇ ਘਰ ਦੇ ਕੋਲ ਕੋਈ ਟੂਬਲ ਨਹੀਂ ਹੈਗਾ ਉੱਥੇ ਆ ਗਿਆ ਪੰਪ ਦੇ ਦੁੱਖੋਂ ਫੈਮਿਲੀ ਪਿੰਡ ਲੈ ਜਾਂ ਕਿਤੇ ਟੂਬਲ ਦੇ ਕੋਲ ਪਿੰਡ ਚੰਗਾ ਹੀ ਸਗੋਂ ਅੱਜ ਵੀ ਕਲਚਰ ਆ ਉੱਥੇ ਖੁੱਲ੍ਹੇ ਮਕਾਨ ਖੁੱਲ੍ਹੀਆਂ ਪੈਲੀਆਂ ਟੂਬਲ ਲੱਗੇ ਨਾ ਕਿਸੇ ਨੇ ਮਨਾ ਕਰਨਾ ਨਾ ਲੈਣਾ ਨਾ ਦੇਣਾ ਚਲੋ 1500 rupees ਤੁਹਾਨੂੰ ਦੇ ਜਾਂਦਾ ਮੈਂ ਅਤੇ ਤੁਸੀਂ ਇਹਦਾ ਕਰੋ ਕੰਮ ਸ਼ੁਰੂ ਨਹੀਂ ਉਹਨਾਂ ਨੇ 1500 ਦੇ ਕੇ ਤਾਂ ਮੁੜ ਕੇ ਤੂੰ ਬੜੇ ਹੀ ਨਾ ਅਸੀਂ ਠੀਕ ਕਰਕੇ ਰੱਖ ਛੱਡੀਏ ਇੱਥੇ ਨਹੀਂ ਉਹ ਤਾਂ ਪਾਣੀ ਨਹੀਂ ਚਾਹੀਦਾ ਸਾਨੂੰ ਬੜੇ ਕਿਉਂ ਨਾ ਇੱਦਾਂ ਹੀ ਹੁੰਦੇ ਆ ਅਗਲੇ ਕੋ ਦੇ ਜਾਂਦੇ ਆ ਪੰਪ ਠੀਕ ਕਰਕੇ 2-2 ਸਾਲ ਇੱਥੇ ਹੀ ਪਿਆ ਰਹਿੰਦਾ ਪੰਪ ਰੁਲਦਾ ਰਹਿੰਦਾ ਬੰਦਾ ਆਉਂਦਾ ਹੀ ਨਹੀਂ ਫੋਨ ਨੰਬਰ ਨਹੀਂ ਤੁਹਾਡੇ ਕੋਲ ਹੁੰਦਾ ਉਹਨਾਂ ਦੇ ਘਰ ਪਹੁੰਚਾ ਦਿਆ ਕਰੋ ਇਹ ਹੋਮ ਡਿਲੀਵਰੀ ਦੇ ਕੇ ਆਈਏ ਮੋਟਰ ਦੀ ਅਸੀਂ ਆਹੋ ਹੁੰਦਾ ਹੀ ਆ ਤੁਹਾਡਾ ਨੰਬਰ ਲਿਖਿਆ ਕਰੋ ਅਗਲੇ ਨੂੰ ਘਰ ਪਹੁੰਚਾ ਤਾ ਨਹੀਂ ਅਗਲਾ ਪੈਸੇ ਦੇਵੇਗਾ ਤੇ ਅਸੀਂ ਦੇਵਾਂਗੇ ਚਲੋ ਤੁਸੀਂ ਠੀਕ ਆ ਅਸੀਂ ਕਰ ਦਿੰਦੇ ਹਾਂ ਭਾਈ ਦਿਓ 1500 rupees ਹਾਂਜੀ 1500 ਦਿਓ ਇਹ ਤੁਹਾਡਾ ਹਾਂਜੀ ਉਹ ਮੈਂ ਘਰੋਂ ਲਿਆਇਆ ਇਹ ਵੀ ਨਾਲ ਹੀ ਦੇ ਜਾਓ ਨਾ ਫਿਰ
ਨਹੀਂ ਉਹ ਮੈਂ ਕੰਮ ਤੇ ਜਾਣ ਲੱਗਿਆ ਪਾਉਂਦਾ ਉਹ ਪਾਣੀ ਤੇ ਆਉਣ ਨਹੀਂ ਦਿਆ ਤੇ ਧੋਏਗਾ ਕਿੱਥੇ ਉਹ ਤੂੰ ਰਹਿਣ ਦੇ ਸ਼ਾਮ ਨੂੰ ਆਵਾਂ ਫਿਰ ਮੈਂ ਆ ਸ਼ਾਮ ਨੂੰ ਆ ਜਾਈ ਲੇਕਿਨ ਹੁਣ ਤਾਂ ਸਰਦੀਆਂ ਲੰਘ ਗਈਆਂ ਸਾਨੂੰ ਹੀ ਦੇ ਜਾ ਤੇਰੇ ਕਿਸ ਕੰਮ ਯਾਰ ਤੂੰ ਨਾਨਕਗਾਨ ਕੰਮ ਕਰਦਾ ਤੂੰ ਲੈ ਲਾ ਪਹਿਲਾਂ ਉੱਪਰ ਇੱਥੇ ਬਰਫ਼ਬਾਰੀ ਜਿਹੜੀ ਹੋਣ ਡਈ ਚਲੋ ਮੁੰਡੇ ਹੈਗੇ ਨੇ ਮਿਸਤਰੀ ਹੱਥ ਹੁੱਥ ਪੂੰਜ ਲੈਣਗੇ ਉਹ ਯਾਰ ਛੱਡ ਦੇ ਹੱਥ ਕੰਮ ਇੱਕ ਨੰਬਰ ਕਰਾਉਣਾ ਭਾਅ ਜੀ ਪੈਸੇ ਜਦੋਂ ਦੇਣੇ ਆ ਤਾਂ ਫਿਰ ਕਾਹਦਾ ਰੌਲਾ ਨਹੀਂ ਚਲੋ ਠੀਕ ਆ ਦਿਓ 1500 ਤੇ ਨਾਲ ਆ ਦੇ ਦੇ ਉਹ ਯਾਰ ਆਹ ਇਹ ਲੈ ਲੈ ਪਹਿਲਾਂ ਜੇਸ 'ਚ ਲਾ ਲਾ ਕਿਸੇ ਦੇ ਇਹ ਬਰੀ 'ਚ ਲਾ ਲਈ ਕਿਸੇ ਦੇ ਉਹ ਨਹੀਂ ਚਲੋ ਆ ਮੋਟਰ ਮੋਟਰ ਵੀ ਨਾਲ ਇਹਦੇ ਨਾਲ ਸਾਫ਼ ਉਹ ਯਾਰ ਹਟ ਗਿਆ ਭਾਅ ਕੀ ਹੋ ਗਿਆ ਤੈਨੂੰ 1500 ਰੁਪਇਆ ਦੇ ਦਿਓ ਭਾਅ ਜੀ ਹਾਂਜੀ 1500 ਆਹੋ 1500 ਯਾਨੀ ਕਿ ਤੁਹਾਨੂੰ ਐਡਵਾਂਸ ਦੇਣਾ ਵਾ ਹਾਂ ਹਾਂ ਤੇ ਇਹ ਬਕਾਇਆ ਰਹਿ ਗਿਆ 2500 2500 ਤੇ 2500 ਵੀ ਤੁਹਾਨੂੰ ਦੇਣਾ ਉਹ ਵੀ ਦੇਣਾ ਹੋਰ ਨਹੀਂ ਦੇਣਾ ਨਹੀਂ ਮੈਂ ਮਕਸਦ ਵੀ ਦੇਣਾ ਹੀ ਹਾਂ ਤੂੰ ਦੇਣਾ ਪੈਣਾ ਵਾ ਤੁਸੀਂ ਇੱਥੇ ਹੀ ਹਾਂ ਅਸੀਂ ਵੀ ਇੱਥੇ ਹੀ ਹਾਂ ਯਾਨੀ ਕਿ 1500 ਤੁਹਾਨੂੰ ਹੁਣ ਦੇਣਾ ਵਾ ਮੈਂ ਵੀ ਇੱਥੇ ਤੂੰ ਵੀ ਇੱਥੇ ਹਾਂ ਲੇਕਿਨ ਪਾਣੀ ਨਹੀਂ ਇੱਥੇ ਪਾਣੀ ਥੱਲੇ ਚਲਾ ਗਿਆ ਬਹੁਤ ਭਾਈ 1500 ਹੁਣ ਦੇਣਾ ਤੇ 2500 ਵੀ ਤੁਹਾਨੂੰ ਦੇਣਾ ਦੇਣਾ ਹਾਂ ਚਲੋ ਠੀਕ ਹੋ ਗਿਆ ਬਣਾਓ ਕਰੋ ਤਿਆਰ ਤੁਸੀਂ 1500 ਦੇਣਾ ਹੀ ਆ ਨਾ ਤੁਹਾਨੂੰ 1500 ਹੁਣ ਦੇਣਾ ਉਹ ਕਿੱਦਣ ਸਾਲ ਬਾਅਦ ਦੇਣਾ ਤੂੰ ਯਾਰ ਹੁਣ ਹੀ ਦੇਣਾ ਵਾ 2500 ਬਾਅਦ 'ਚ ਦੇਣਾ ਜਦੋਂ ਠੀਕ ਹੋ ਜਾਏਗੀ ਆਹੋ ਉਹ ਮੈਂ ਕਹਿੰਦਾ ਉਹੀ ਗੱਲ ਕਹਿ ਰਿਹਾ ਵੀ 1500 ਤੁਹਾਨੂੰ ਹੁਣ ਦੇਣਾ ਹੁਣ ਦੇਣਾ ਅਤੇ 2500 ਵੀ ਤੁਹਾਨੂੰ ਦੇਣਾ ਆਹ ਕਰੋ ਠੀਕ ਕਰੋ ਚਾਲੂ ਤੂੰ ਇੱਥੇ ਰਹਿਣਾ ਸਾਡੇ ਕੋਲ 6-7 ਦਿਨ ਨਹੀਂ ਨਹੀਂ 6-7 ਦਿਨ ਕਿਉਂ ਮੈਂ ਤਾਂ ਦਿਹਾੜੀ ਦੱਪਾ ਕੋਈ ਲੱਭਾਂ ਆਪਣਾ ਕੋਈ ਤੂੰ ਜਾ ਦਿਹਾੜੀ ਕਰ ਰਿਹਾ ਫਿਰ 1500 ਦੇ ਜਾ ਅਤੇ ਕੱਲ੍ਹ ਆ ਕੇ ਲੈ ਜਾਈ 2500 ਦੇ ਕੇ ਆਹੋ ਤੇ ਬਸ ਗੱਲ ਤੇ ਮੁੱਕੀ ਪਈ ਆ ਆਪਣੀ ਡਨ ਹੋ ਗਈ ਤੇ 1500 ਤੁਹਾਨੂੰ ਦੇਣਾ ਹੁਣ ਤੇ 2500 ਬਾਅਦ ਚ ਦੇਣਾ ਉਹ ਤੇ ਹੁਣ ਕਦੋਂ ਦੇਣਾ ਹੀ ਦੇ ਹੁਣ ਹੁਣ ਹੀ ਕਹੀ ਜਾਂਦਾ ਤੂੰ ਯਾਰ ਉਹ ਭਾਈ ਇਹ ਚੋਂ ਕਾਪਰ ਨਿਕਲਦਾ ਨਾ ਜਿਹੜੀ ਪੁਰਾਣੀ ਮੋਟਰ ਚੋਂ ਆਹੋ ਤੇ ਉਹ ਵੇਚ ਕੇ ਤੁਸੀਂ 1500 ਰੱਖ ਲਿਓ ਨਾ ਪਹਿਲਾਂ ਮੇਰੇ ਵੱਲੋਂ ਜਿਹੜਾ ਤੈਨੂੰ ਦੇਣਾ ਕਾਪਰ ਹਾਂਜੀ ਤੁਸੀਂ 1500 ਤੇ ਰੱਖੋ ਨਾ ਸਕ੍ਰੈਪ 'ਚ ਜਾਣਾ ਯਾਰ ਸਾਰਾ ਕੰਮ ਤੇ ਸਕ੍ਰੈਪ 'ਚ ਵੀ ਕਾਪਰ ਹੀ ਹੁੰਦਾ ਵਾ ਕਿਹੜਾ ਲੋਹਾ ਬਣ ਜਾਂਦਾ ਹਾਂ ਤੇ ਉਹ ਤੈਨੂੰ ਕਾਹਦੇ ਲਈ ਦੇਣਾ 1500 ਉਹ 'ਚੋਂ ਕੱਟ ਲਿਓ ਲੈ ਅੱਛਾ ਮੈਂ ਤੈਨੂੰ ਹਜੇ ਵੀ ਕਹਿੰਦਾ ਵਾਂ ਨਵੀਂ ਲੈ ਲਾ ਚੰਗਾ ਰਹਿ ਜਾਏਗਾ ਚਲੋ ਕੋਈ ਚੀਜ਼ ਤਾਂ ਤੇਰੇ ਘਰ ਨਵੀਂ ਹੋਵੇ ਸਾਰੇ ਤਾਂ ਪੁਰਾਣੇ ਪੁਰਾਣੇ ਆ ਉੱਥੇ ਮੋਟਰ ਹੀ ਨਵੀਂ ਲਵਾ ਲਾ ਕੰਮ ਸੋ ਕੰਮ ਯਾਰ ਗਾਹਕ ਨਾ ਨਾ ਐਡਾ ਬੇਤਕਲਫ ਨਹੀਂ ਹੋਈਦਾ ਸਮਝਦਾ ਪਾਣੀ ਵੈਸੇ ਚੁੱਕਦੀ ਹੈ ਭਾਜੀ ਚੁੱਕਦੀ ਹੈ ਐਡਾ ਮੈਲਾ ਪਾਣੀ ਆਉਂਦਾ ਨਾ ਅਤੇ ਤੁਹਾਨੂੰ ਵੇਖ ਕੇ ਕਿਹੜਾ ਪਾਣੀ ਆਵੇ ਮੈਨੂੰ ਦੱਸ ਨੈਸਲੇ ਦਾ ਪਾਣੀ ਦੇਵੇ ਤੁਸੀਂ ਪਾਣੀ 'ਚ ਹੱਥ ਕਿਉਂ ਪਾਉਂਦੇ ਹੋ ਤਦ ਹੀ ਮੈਲਾ ਹੁੰਦਾ ਉਹ ਯਾਰ ਨਿਆਣਿਆਂ ਨੇ ਹੱਥ ਹੁੱਥ ਨਹੀਂ ਧੋਣੇ ਮੂੰਹ ਨਹੀਂ ਧੋਣਾ ਉਹਨਾਂ ਨੇ ਹੱਥ ਬਾਹਰ ਧੋਈ ਦੇ ਕਿ ਤੁਸੀਂ ਉਹ ਟੈਂਕੀ ਦੇ ਵਿੱਚ ਪਾ ਕੇ ਧੋਣ ਲੱਗ ਪੈਂਦੇ ਹੋ ਚਲੋ ਕਰੋ ਇਹਨੂੰ ਸਹੀ ਚਲੋ ਦਿਓ 1500 1500 ਹੁਣ ਦੇਣਾ ਉਹ ਹੁਣ ਕਿਹੜੇ ਵੇਲੇ ਦੇਣਾ